ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਹੈ, ਕਾਇਮ ਆ ਜੀ ਸੇ ਤਾਂ, ਹੋਰ ਸੁਣਾਓ। ਅੱਜ ਤੁਹਾਡੇ ਵਾਸਤੇ ਗਰਮੀ ਤੋਂ ਰਾਹਤ ਦੇਣ ਵਾਸਤੇ, ਗਾਵਾਂ ਅਤੇ ਮੱਝਾਂ ਵਾਸਤੇ ਜਿਹੜੇ ਕਈ ਵਾਰੀ ਪ੍ਰੋਬਲਮ ਨਹੀਂ ਆਉਂਦੀ, ਜਿਵੇਂ ਗਰਮੀ ਦੇ ਵਿੱਚ ਅਗਲਾ ਕਹਿੰਦਾ ਯਾਰ ਬੱਚਾ ਸਿੱਟ ਜਾਂਦੀਆਂ, ਜਾਂ ਗਾਵਾਂ ਜ਼ਿਆਦਾ ਕਰ ਜਾਂਦੀਆਂ ਇਹ ਟਾਈਮ ਦੇ ਵਿੱਚ ਵੀ, ਜਾਂ ਦੁੱਧ ਡਾਊਨ ਕਰ ਗਈਆਂ ਅਤੇ ਹਾਫਣ ਲੱਗ ਜਾਂਦੀਆਂ, ਹੌਂਕਣ ਲੱਗ ਜਾਂਦੀਆਂ, ਹੈ ਨਾ। ਤਾਂ ਜਦੋਂ ਇਹ ਚੀਜ਼ ਹੋਣ ਲੱਗ ਗਈ, ਤੁਹਾਨੂੰ ਪਤਾ ਦੁੱਧ ਆਟੋਮੈਟਿਕ ਹੀ ਘੱਟ ਜਾਂਦਾ। ਅਤੇ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਇਸੇ ਕੰਮ ਦੀ, ਆਪਾਂ ਫਾਰਮੂਲਾ ਬਣਾਉਣਾ, ਘਰੇ ਫਾਰਮੂਲਾ ਬਣਾਉਣਾ। ਆਪਾਂ ਫਾਰਮੂਲਾ ਬਣਾ ਕੇ ਜਦੋਂ ਸਾਰਾ ਵਿੱਚ ਜਿਹੜਾ ਸੈਟਮ ਹੈ ਉਹ ਤੁਹਾਨੂੰ ਦੱਸਦੇ ਹਾਂ ਵੀ ਕਿੰਨਾ ਕਿੰਨਾ ਪਾਉਣਾ, ਠੀਕ ਹੈ। ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇੱਕ ਵੱਡਾ ਤੌੜਾ ਲੈ ਲੈਣਾ, ਉਸ ਹਿਸਾਬ ਦੇ ਨਾਲ ਬਣਾ ਕੇ ਰੱਖ ਲੈਣਾ ਅਤੇ 200 ਗ੍ਰਾਮ ਡੇਲੀ ਦੇ ਸਕਦੇ ਹਾਂ। ਅਤੇ 200 ਗ੍ਰਾਮ 250 ਗ੍ਰਾਮ ਡੇਲੀ ਦੇ ਦਿਆ ਕਰੋ, ਵੱਧ ਉੱਧਰ 250 ਗ੍ਰਾਮ ਦੇ ਦਿਆ ਕਰੋ, ਆਮ 200 ਗ੍ਰਾਮ ਰੂਟੀਨ ਦੇ ਵਿੱਚ ਦਿਓ, ਤਾਂ ਤੁਸੀਂ ਰਿਜ਼ਲਟ ਦੇਖੋਗੇ, ਤੁਸੀਂ ਆਪ ਹੀ ਕਮਾਲ ਮੰਨ ਜਾਣੀ ਹੈ ਨਾ ਵੀ ਬਾਕੀ ਯਾਰ ਠੀਕ ਹੈ। ਵੀ ਜਿਹੜਾ ਰਿਜ਼ਲਟ ਹੈ ਤਾਂ ਰਿਜ਼ਲਟ ਹੀ ਹੁੰਦਾ, ਤੁਹਾਨੂੰ ਪਤਾ ਆਪਾਂ ਚੀਜ਼ ਸਾਰੀ ਉਹੀ ਦੱਸਦੇ ਹਾਂ ਜਿਹੜੀ ਚੀਜ਼ ਆਪ ਵੀ ਵਰਤੀ ਦੀ ਹੈ ਅਤੇ ਉਹੀ ਚੀਜ਼ ਤੁਹਾਨੂੰ ਅੱਗੇ ਸ਼ੇਅਰ ਕਰੀ ਦੀ ਹੈ। ਜਿਹੜੇ ਭਰਾਵਾਂ ਨੂੰ ਪਤਾ ਹੁੰਦਾ ਫੋਨ ਕਰਦੇ ਰਹਿੰਦੇ ਆ ਵੀ ਬਾਈ ਬਣ ਕੇ ਦੱਸਦੇ ਰਿਹਾ ਕਰੋ ਵੀਡੀਓ 'ਤੇ, ਹੈ ਨਾ, ਕੋਈ ਵੀ ਕੰਮ ਜਿਹੜਾ ਵਧੀਆ ਸਾਰਾ ਤੁਹਾਨੂੰ ਉਹ ਦੱਸਦੇ ਰਹਾਂਗੇ। ਤਾਂ ਹੁਣ ਆ ਜਾਓ ਫਿਰ, ਜਿਹੜਾ ਫਾਰਮੂਲਾ ਬਣਾਉਣਾ ਸਟਾਰਟ ਕਰੀਏ। ਅਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਫਾਰਮਾਂ 'ਤੇ ਮੱਖੀਆਂ ਦਾ ਅਟੈਕ ਤਾਂ ਬਹੁਤ ਜ਼ਿਆਦਾ ਹੈ, ਇਹ ਦਵਾਈ ਲਿਆਵਾਂਗੇ ਆਪਾਂ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਆਪਾਂ 2 ਲੀਟਰ ਪਾਣੀ ਪਾਉਣਾ ਹੈ। 1 ਲੀਟਰ? ਅੱਛਾ, 1 ਲੀਟਰ ਹੀ ਪਾਣੀ ਪਾਉਣਾ ਆਪਾਂ। ਸਭ ਤੋਂ ਪਹਿਲਾਂ ਇਹਦੇ ਵਿੱਚ, ਕਿਉਂਕਿ ਅਸੀਂ ਥੋੜ੍ਹਾ ਬਣਾਉਣਾ ਨਾ, ਕਿਹੜਾ ਤੌੜਾ ਛੋਟਾ ਹੈਗਾ, ਇਹ ਬਣਾਉਣਾ ਤੌੜੇ ਦੇ ਵਿੱਚ ਹੀ ਆ, ਮਤਲਬ ਘੜਾ ਕਹਿ ਦਿੰਦੇ ਆਪਾਂ, ਘੜਾ ਲੈ ਕੇ ਘੜੇ ਦੇ ਵਿੱਚ ਹੀ ਬਣਾਉਣਾ। 1 ਲੀਟਰ ਆਪਾਂ ਪਾਣੀ ਪਾ ਲਿਆ, ਨਹੀਂ 1 ਲੀਟਰ 2 ਲੀਟਰ ਨਹੀਂ ਪਾਣੀ ਪਾਉਣਾ ਆਪਾਂ, 1 ਲੀਟਰ ਪਾਊਗਾ, 1 ਲੀਟਰ 'ਚ 1 ਲੀਟਰ, ਓਕੇ। ਇਹਦੇ 'ਚ 1 ਲੀਟਰ ਆਪਾਂ ਪਾਣੀ ਪਾਇਆ, ਅਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਗੁੜ ਪਾਉਣਾ ਉਹ 2 ਕਿਲੋ ਪਾਉਣਾ, 1 ਲੀਟਰ ਪਾਣੀ ਗੁੜ 2 ਕਿਲੋ ਪਾਉਣਾ। ਤਾਂ ਹੁਣ ਤੁਹਾਨੂੰ ਇਹ ਵੀ ਦਿਖਾ ਦਿੰਦੇ ਹਾਂ, ਤਾਂ ਇਕੱਲੀ ਇਕੱਲੀ ਚੀਜ਼, ਕਿਉਂਕਿ ਤੌੜਾ ਆਪਾਂ ਰੱਖਦੇ ਹਾਂ ਉੱਤੇ, ਫਿਰ ਗੁੜ ਦਾ ਨਹੀਂ ਪਤਾ ਲੱਗਣਾ। ਅਤੇ ਚੱਕੋ ਆਪਾਂ ਕਰਨਾ 0, ਅਤੇ ਜਿਹੜਾ ਗੁੜ ਹੈ, ਗੁੜ ਇਹ ਥੋੜ੍ਹਾ ਜਿਹਾ ਦੇਸੀ ਪਿਓਰ ਘਰ ਦਾ ਗੁੜ ਹੈ, ਆਹ ਟਾਈਮ ਤੁਹਾਨੂੰ ਪਤਾ ਢਿੱਲਾ ਹੋ ਜਾਂਦਾ, ਜੇ ਢਿੱਲਾ ਹੋ ਜਾਂਦਾ ਤਾਂ ਪ੍ਰੋਬਲਮ ਕੋਈ ਨਹੀਂ, ਉਹ ਜਿਹਾ ਵਧੀਆ ਗੁੜ ਜੂਗਾ। ਅਤੇ ਹੁਣ ਪਾਉਣਾ ਜੋਕ ਹੀ ਹੈ, ਜਿਹੜੀ ਚੀਜ਼ ਹੈ ਪਾਉਣੀ ਜੋਕ ਹੀ ਹੈ, ਤੁਸੀਂ ਜੋਖਣ ਤੋਂ ਬਿਨਾਂ ਨਹੀਂ ਆਪਾਂ ਪਾਉਣੀ। ਦੇਖੋ ਦੇਸੀ ਗੁੜ ਢਿੱਲਾ ਹੋ ਕੇ ਜਮਾਂ ਸ਼ਹਿਦ ਵਰਗਾ ਬਣਿਆ ਪਿਆ, ਲਓ ਵੀ ਮਿੱਤਰੋ। ਇਹਨੂੰ ਪਾਸੇ ਰੱਖਾਂਗੇ ਮੱਖੀਆਂ ਤੋਂ ਦੂਰ, ਅਤੇ ਤੇਰਾ ਹਜੇ ਕਿਹੜਾ ਗੁੜ ਨੇ ਖੁਰਨਾ, ਅਤੇ ਹੱਥ ਉਹਦੇ ਵਾਂਗੂ ਇਸੇ ਪਾਣੀ ਦੇ ਵਿੱਚ ਹੀ ਆਪਾਂ ਧੋ ਸਕਦੇ ਹਾਂ, ਠੀਕ ਹੈ ਜੀ। ਲਓ ਜੀ ਗੁੜ ਰਹਿ ਗਿਆ, ਲੈ ਗਿਆ, ਤਾਂ ਜਿਹੜਾ ਪੂਰਾ ਥਾਲਾ ਗੁੜ ਸੀ ਉਹ ਵਾਧੀ ਹੋ ਗਿਆ, ਕੰਡਾ ਤੁਸੀਂ ਦੇ ਸਕਦੇ ਹਾਂ। ਉਦੋਂ ਬਾਅਦ ਇਹਦੇ ਵਿੱਚ 100 ਗ੍ਰਾਮ ਨਮਕ ਲੈਣਾ, ਤੁਸੀਂ ਕਾਲਾ ਨਮਕ ਲੈ ਲਉਂਗੇ ਉਹ ਵੀ ਚੰਗਾ, ਕਈ ਵਾਰੀ ਕਾਲਾ ਨਮਕ ਨਹੀਂ ਹੈਗਾ ਤਾਂ ਤੁਸੀਂ ਚਿੱਟਾ ਨਮਕ ਵੀ ਟਾਟਾ ਦਾ ਪਾ ਸਕਦੇ ਹਾਂ ਤੁਸੀਂ, ਵਧੀਆ ਕੰਪਨੀ ਦਾ। ਅਤੇ ਇਹ ਸਿਰਫ ਮੱਝਾਂ ਗਾਵਾਂ ਵਾਸਤੇ ਆ ਜਿਹੜੀਆਂ ਗਰਮੀ ਦੇ ਵਿੱਚ ਹੋਂਕਦੀਆਂ। ਹੁਣ ਲਓ ਜੀ ਆਪਾਂ ਕੜਾ ਜਿਹੜਾ ਇਹ ਇੱਧਰ ਕਰ ਲਈਏ ਮਾੜਾ ਜਿਹਾ ਦੂਰ, ਅਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਦਵਾਈ ਹੈ ਇਹ ਸਟ੍ਰੈਸ 0, ਇਹ ਦਵਾਈ ਪਾਵਾਂਗੇ ਸਟ੍ਰੈਸ 0। ਇਹ 1 ਲੀਟਰ ਦੀ ਫਾਰਮੂਲਾ, ਊਂ ਜਿਵੇਂ ਤੁਸੀਂ ਕਰਨਾ, ਜਿਵੇਂ ਤੁਸੀਂ ਗੁੜ ਲੈ ਲਿਆ 10 ਕਿਲੋ ਗੁੜ, 5 ਕਿਲੋ ਪਾਣੀ ਅਤੇ 5 ਕਿਲੋ
S0 ਸੋ ਅੱਧਾ ਕਿਲੋ ਨਮਕ ਤੇ ਅੱਧਾ ਕਿਲੋ ਨਮਕ ਪਾਉਣਾ ਤੇ ਜੇ ਕਾਲਾ ਤੇ ਜਾਂ ਤੁਹਾਨੂੰ ਪਤਾ ਜੇ ਨਹੀਂ ਹੈਗਾ ਤਾਂ ਦੂਜਾ ਅਗਲੀ ਕਾਲਾ ਤੁਸੀਂ ਲੈ ਰਹੋ ਦੁਕਾਨ ਤੋਂ ਉਹਦੇ ਵੱਧ ਫਾਇਦਾ ਮਿਲਦਾ ਠੀਕ ਹੈ ਖਾਣ ਨੂੰ ਵੀ ਆਪਾਂ ਨੂੰ ਵੀ ਚੰਗਾ ਇਹ ਚੀਜ਼ ਹੁਣ ਕਰਕੇ ਦੇਖੋ ਹੁਣ ਇਹ ਚੀਜ਼ ਆਪਾਂ ਇਹ ਦਵਾਈ ਲੈ ਲਈ ਦਵਾਈ ਲੈ ਕੇ ਦੇਖੋ ਜੀ ਬਾਕੀ ਤੁਸੀਂ ਦੇਖੋ ਪੈਨ ਕਾਪੀ ਤੁਹਾਡੇ ਕੋਲੇ ਹੋਵੇ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਉਹ ਉਵੇਂ ਹੀ ਹੋਊਗੀ ਸੇਮ ਜੇ ਤੁਸੀਂ ਬਾਅਦ 'ਚ ਵੀ ਵਟਸਐਪ 'ਤੇ ਪੁੱਛੋਗੇ ਉਹਦੇ ਵਿੱਚ ਵੀ ਉਹੀ ਹੋਊਗੀ ਸੇਮ ਇਹੀ ਹੋਊਗੀ 1 ਲੀਟਰ ਜੇ ਤੁਸੀਂ ਲੈਣਾ ਜਿਵੇਂ ਤੁਸੀਂ ਕਹਿੰਦੇ ਵੀ ਪਹਿਲਾਂ ਤਜਰਬਾ ਹੀ ਕਰਨਾ 1 ਲੀਟਰ ਤੁਸੀਂ ਕੀ ਕਰਨਾ 1 ਲੀਟਰ ਪਾਣੀ ਲੈਣਾ 1 ਕਿਲੋ 1 ਲੀਟਰ ਮੰਨ ਲਓ ਪਾਣੀ ਲੈਣਾ 2 ਕਿਲੋ ਤੁਸੀਂ ਗੁੜ ਲੈਣਾ 100 ਗ੍ਰਾਮ ਇਹਦੇ ਵਿੱਚ ਤੁਸੀਂ ਕਾਲਾ ਲੂਣ ਪਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ 1 ਲੀਟਰ ਇਹ ਸਟ੍ਰੈਸ 0 ਇਸੇ ਆਹ ਦੇਖੋ ਇੱਕ ਵਾਰੀ ਹੁਣ ਜੀ ਇਹਦੇ ਵਿੱਚ ਖੜੀ ਹੈ ਵੀਡੀਓ ਦੇ ਵਿੱਚ ਖੜੀ ਅਤੇ ਸਕਰੀਨਸ਼ਾਟ ਤੁਸੀਂ ਲੈ ਸਕਦੇ ਹਾਂ ਠੀਕ ਹੈ ਤਾਂ ਸਟ੍ਰੈਸ 0 ਦੇ ਨਾਂ ਦੇ ਉੱਤੇ ਆਉਂਦੀ ਹੈ ਤਾਂ ਇਹਨੂੰ ਤੁਸੀਂ ਕਰੋਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਘੜੇ ਦੇ ਵਿੱਚ ਕਰ ਲਿਆ ਇਹ ਘੜੇ ਦੇ ਵਿੱਚ ਹੁਣ ਪੈ ਗਈ ਹੁਣ ਜਿਹੜਾ ਗੁੜ ਹੈ ਮੇਰੇ ਕੋਲ ਤਾਂ ਚੱਲ ਮੰਨ ਲਾ ਢਿੱਲਾ ਗੁੜ ਸੀਗਾ ਤੁਹਾਡੇ ਕੋਲ ਜੇ ਗੁੜ ਕਰੜਾ ਉਹਨੂੰ ਕੁੱਟ ਕੇ ਪਾ ਦਿਓ ਕੁੱਟ ਕੇ ਪਾ ਕੇ ਤੁਸੀਂ ਕੀ ਕਰਨਾ ਹੁਣ ਇਹਨੂੰ ਅੱਜ ਆਪਾਂ ਰੱਖ ਲੈਣਾ ਰੱਖ ਕੇ ਇਹਨੇ ਹੱਥਾਂ 'ਤੇ ਖੁਰ ਜਾਣਾ ਖੁਰ ਕੇ ਇਹਨੂੰ ਆਪਾਂ ਕੱਲ੍ਹ ਨੂੰ ਕੀ ਕਰਨਾ 200 ਗ੍ਰਾਮ ਕੱਢ ਕੇ ਠੀਕ ਹੈ ਜਿਹੜੇ ਪਸ਼ੂ ਆ ਮੰਨ ਲਾ ਜ਼ਿਆਦਾ ਐਂ ਕਰਦੇ ਆ ਉਹਨੂੰ ਇਹਦੇ 'ਚੋਂ 200 ਗ੍ਰਾਮ ਭਰ ਕੇ ਪੂਰੀ ਤਾਂ ਉਹਨੂੰ ਇੱਕ ਪਸ਼ੂ ਨੂੰ ਦੇ ਦੇਣੀ ਹੈ ਡੇਲੀ ਦੀ ਠੀਕ ਹੈ ਜੀ ਤਾਂ ਜੇ ਤੁਸੀਂ 5 ਲੀਟਰ ਦੇ ਵਿੱਚ ਬਣਾਵੋਗੇ ਉਹ ਜ਼ਿਆਦਾ ਟਾਈਮ ਕੱਢ ਦਿਓ ਉਹਦੇ ਵਿੱਚ 10 ਕਿਲੋ ਗੁੜ ਹੋ ਜਾਂਦਾ 5 ਕਿਲੋ ਪਾਣੀ ਹੋ ਜਾਂਦਾ ਠੀਕ ਹੈ ਜੀ 15 ਕਿਲੋ ਹੋ ਗਿਆ 5 ਕਿਲੋ ਸਟ੍ਰੈਸ 0 ਹੋ ਗਈ ਦਵਾਈ ਤਾਂ 20 ਕਿਲੋ ਹੋ ਗਿਆ ਤਾਂ 1/2 ਕਿਲੋ ਤੁਸੀਂ ਨਮਕ ਪਾਵੋਗੇ ਮਾੜਾ ਮੋਟਾ ਪਾਣੀ ਵੀ ਵੱਧ ਘੱਟ ਹੋ ਜਾਂਦਾ ਜਾਣੀ ਕਿ 21 ਲੀਟਰ ਸਮਾਨ ਬਣਾ ਸਕਦੇ ਹਾਂ ਤੁਸੀਂ ਉਹਦਾ 5 ਲੀਟਰ ਦਾ ਅਤੇ ਇਹਦੇ ਵਿੱਚ ਤੁਸੀਂ ਦੇਖ ਲਓ 2 ਕਿਲੋ ਗੁੜ ਹੋ ਗਿਆ ਜੀ ਠੀਕ ਹੈ 2 ਕਿਲੋ ਗੁੜ ਹੋ ਗਿਆ 1 ਕਿਲੋ ਇਹ ਦਵਾਈ ਹੋ ਗਈ ਤਾਂ 1 ਕਿਲੋ ਪਾਣੀ ਹੋ ਗਿਆ 100 ਗ੍ਰਾਮ ਨਮਕ ਹੋ ਗਿਆ ਨਮਕ ਵੀ ਪੂਰਾ ਵੱਧ ਹੈ ਗੁੜ ਵੀ ਪੂਰਾ ਵੱਧ ਹੈ ਠੀਕ ਹੈ ਜੀ ਅਤੇ ਪਾਣੀ ਵੀ ਮਾੜਾ ਮੋਟਾ ਵੱਧ ਪੈ ਜਾਂਦਾ 200 ਗ੍ਰਾਮ ਅਤੇ ਗੁੜ ਹੋ ਗਿਆ ਦਵਾਈ ਦੇਖੋ ਬਣੀ ਇਹ ਘਰ ਦਾ ਫਾਰਮੂਲਾ ਅਤੇ ਘਰ ਦੀ ਦਵਾਈ ਜਿਹੜੀ ਹੁਣ ਇਹਨੇ ਕੰਮ ਕਰਨਾ ਹੁਣ ਤੁਸੀਂ ਕੰਮ ਕਰਨ ਦੀ ਵਿਧੀ ਤੁਸੀਂ ਦੇਖੋ ਵੀ ਜਿਹੜੇ ਕਈ ਵਾਰੀ ਤੁਹਾਨੂੰ ਪਤਾ ਹੁੰਦਾ ਦੇਸੀ ਭਾਸ਼ਾ ਦੇ ਵਿੱਚ ਆਪਾਂ ਇੰਗਲਿਸ਼ ਦੇ ਵਿੱਚ ਵੀ ਛੱਡੋ ਤਾਂ ਦੇਸੀ ਭਾਸ਼ਾ 'ਚ ਕਹਿੰਦੇ ਹਾਂ ਵੀ ਪਸ਼ੂ ਜਦੋਂ ਹੌਂਕਣ ਵਾਲਾ ਲੱਗ ਗਿਆ ਗਰਮੀ ਆ ਗਈ ਹੌਂਕੀ ਜਾਂਦਾ ਹਾਫ ਦਾ ਪਸ਼ੂ ਠੀਕ ਹੈ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਇਹ ਚੰਗੀ ਚੀਜ਼ ਹੈ ਦੂਜੀ ਗੱਲ ਜਿਹੜੀ ਪਤਾ ਹੁੰਦਾ ਵੀ ਯਾਰ ਗਰਮੀ ਦੇ ਵਿੱਚ ਯਾਰ ਬੱਚਾ ਹਿੱਟਣ ਦੀ ਪ੍ਰੋਬਲਮ ਆ ਜਾਂਦੀ ਹੈ ਕੋਈ ਪਸ਼ੂ ਬੱਚਾ ਛੱਟ ਗਿਆ ਹੈ ਨਾ ਗਰਮੈਸ ਮੰਨ ਕੇ ਸਟਿੱਠ ਮੰਨ ਜਾਂਦਾ ਠੀਕ ਹੈ ਉਹਦੇ ਵਾਸਤੇ ਦੁੱਧ ਕੰਮ ਆਉਂਦੀ ਹੈ ਅਤੇ ਤੀਜੀ ਗੱਲ ਜਿਹੜਾ ਪਸ਼ੂ ਠੀਕ ਹੈ ਖਾਂਦਾ ਪੀਂਦਾ ਘੱਟ ਹੈ ਠੀਕ ਹੈ ਇਹ ਇੱਕ ਤਰ੍ਹਾਂ ਬਹੁਟ ਜ਼ਿਆਦਾ ਚੰਗਾ ਲੀਵਰ ਟੌਨਕ ਬਣ ਜਾਂਦਾ ਉਹਦੇ ਵਾਸਤੇ ਕੰਮ ਆਉਂਦਾ ਅਤੇ ਚੌਥੀ ਗੱਲ ਜਿਹੜਾ ਪਸ਼ੂ ਇਹ ਗਰਮੀ ਦੇ ਵਿੱਚ ਹੀ ਆ ਕੇ ਮਾੜਾ ਮੋਟਾ ਭੱਖਦਾ ਅਤੇ ਜਾਂ ਇੱਕੇਦਮ ਉਹੀ ਗਰਮੈਸ਼ ਜਿਵੇਂ ਹੁਣ ਆਮ ਫੂਨ ਆਉਂਦੇ ਆ ਬਾਈ ਜੀ ਯਾਰ ਦੁੱਧ ਡਾਊਨ ਵੱਜਿਆ ਬਾਈ ਜੀ 15 ਲੀਟਰ ਘੱਟ ਗਿਆ ਫਾਰਮ ਦਾ ਹੁਣ ਜੇ ਆਪਣਾ 15 ਲੀਟਰ ਵੱਡੇ ਫਾਰਮ ਦਾ ਦੁੱਧ ਘੱਟ ਗਿਆ ਤਾਂ ਜੇ ਇਹ 5 ਲੀਟਰ ਦੇ ਨਾਲ ਆਪਾਂ ਬਣਾ ਕੇ ਵੀ ਰੱਖ ਲਾਂਗੇ ਸਮਾਨ ਤੁਸੀਂ ਦੇਖ ਲਓ ਵੀ ਇਹ ਕਿੰਨੇ ਦਿਨ ਚੱਲੂਗਾ ਇਹ ਸਾਰਾ ਤੁਹਾਨੂੰ ਦੇਖੋ ਵੀ ਜੇ ਇਹ ਗਿਣਤੀ ਦੇ ਕੁਛ ਰੁਪਈਆਂ ਦੀ ਪੈਣੀ ਹੈ 200 ਗ੍ਰਾਮ ਮੰਨ ਲਓ ਅਤੇ ਜਿਹੜਾ ਪਸ਼ੂ ਜੇ 1-2 ਕਿਲੋ ਦੁੱਧ ਵੀ ਡਾਉਂਦਾ ਤਾਂ ਜੇ ਆਪਾਂ 20 ਰੁਪਏ ਪਸ਼ੂ ਨੂੰ ਦੇ ਦਾਂਗੇ ਤਾਂ ਜੇ 1 ਕਿਲੋ ਦੁੱਧ ਵੀ ਮੱਝ ਡਾਉਂਦੀ ਆ 55 ਰੁਪਈਆਂ ਦਾ ਫਿਰ ਵੀ ਆਪਾਂ 25-30 ਰੁਪਏ 35 ਰੁਪਏ ਜ਼ਿਆਦਾ ਮਤਲਬ ਲੀਟਰ ਮੰਗ ਰਹੀ ਹੈ 2 ਲੀਟਰ ਪਸ਼ੂ ਆਮ ਹੀ ਡਾਉਂਦਾ ਲੀਟਰ 2-2 ਲੀਟਰ ਸਾਨੂੰ ਪਤਾ ਅਤੇ ਇਹ ਸਾਰੇ ਕੰਮ ਮਤਲਬ ਦਿੰਦੀ ਆ ਲੀਵਰ ਟੌਨਕ ਤੋਂ ਲਾ ਕੇ ਪਸ਼ੂ ਨੂੰ ਸਿੱਟ ਰੱਖਣ ਵਾਸਤੇ ਖਾਣਾ ਪੀਣਾ ਪਸ਼ੂ ਦਾ ਸਿੱਟ ਕਰਨ ਵਾਸਤੇ ਜਿਹੜਾ ਹੌਂਕਦਾ ਪਸ਼ੂ ਦੀ ਅੰਦਰੋਂ ਪੇਟ 'ਚੋਂ ਉੱਪਰੋਂ ਦਾ ਭਾਰੇ ਲਾ ਲਾਂਗੇ ਆਪਾਂ ਦੇਖੋ ਮੈਂ ਭਾਰਾ ਲਾਉਂ ਹਟ ਗਿਆ ਮੈਂ ਕਿਉਂ ਲਾਉਂ ਹਟ ਗਿਆ ਜਿਉਂਦੇ ਰਹਿਣ ਵਿਚਾਰੇ ਇਹ ਸਾਰੇ ਕਿਉਂਕਿ ਇਹ ਮੈਨੂੰ ਵਧੀਆ ਗਾਈਡ ਕਰਦੇ ਰਹਿੰਦੇ ਆ ਕੰਪਨੀਆਂ ਸਾਰੇ ਜਿਹੜੇ ਵੀ ਮੈਂ ਮਤਲਬ ਜਿਹੜੀ ਚੀਜ਼ ਮੈਂ ਵਰਤਦਾ ਉਹ ਅਤੇ ਕੰਪਨੀਆਂ ਕਾਫੀ ਉਹ ਗੱਲ ਵੱਖਰੀ ਹੈ ਪਰ ਜਿਹੜੇ ਮੇਰੇ ਮਤਲਬ ਆਪਾਂ ਗਾਈਡ ਕਰਦੇ ਆ ਅਤੇ ਉਸ ਹਿਸਾਬ ਨਾਲ ਹੀ ਆਪਾਂ ਰਿਜ਼ਲਟ ਲੈਂਦੇ ਹਾਂ ਆਪਾਂ ਕਿਤੇ ਐਂ ਨਹੀਂ ਵੀ ਰਿਜ਼ਲਟ ਨਾ ਲਿਖਤਾ ਹੋਵੇ ਤਾਂ ਉਸ ਤੋਂ ਬਾਅਦ ਦੇਖੋ ਹੁਣ ਮੈਂ ਭਾਰੇ ਦਾ ਲਾ ਦਿਆਂ ਦੇਖੋ ਮੇਰੇ ਪੱਖੇ ਵੀ ਨਹੀਂ ਦਿਖਾਇਆ ਬਈ ਤਾਂ ਹੁਣ ਕੋਈ ਪਸ਼ੂ ਹੌਂਕਦਾ ਨਾ ਹੌਂਕੇ
ਆ ਧੁੱਪੇ ਜਿਹੜਾ ਕੋਈ ਪਸ਼ੂ ਕੱਢ ਕੇ ਲਿਆਂਦਾ, ਹੁਣ ਉਹ ਪਾਉਂਦੀ ਮਾੜਾ ਮੋਟਾ ਹੌਸਲਾ ਹੋਵੇ, ਨਹੀਂ ਪਸ਼ੂ ਸਾਰੇ ਬੈਠਿਆ ਤੇ ਆਪਾਂ ਵੀ ਬਰਾਂਡੇ 'ਚ ਬੈਠਿਆ, ਦੇਖੋ ਕੋਈ ਗਰਮੀ ਨਹੀਂ ਕੁਛ ਨਹੀਂ ਕੋਈ ਮੁੜਕਾ ਨਹੀਂ, ਠੀਕ ਹੈ। ਪਸ਼ੂ ਨੂੰ ਉੱਪਰੋਂ ਤਾਂ ਆਪਾਂ ਫੋਕਰ ਲਾ ਦਾਂਗੇ, ਫੁਪਾਰੇ ਲਾ ਦਾਂਗੇ, ਨਵਾ ਦਾਂਗੇ, ਪਰ ਪਸ਼ੂ ਦੀ ਜਦੋਂ ਇੱਕ ਵਾਰੀ ਰੁੱਤ ਵੱਧਦੇ ਨਾ, ਜਿਵੇਂ ਬੰਦੇ ਦੇ ਅੰਦਰ ਆਪਾਂ ਕਹਿੰਦੇ ਗਰਮੈਸ਼ ਪੈ ਗਈ, ਆਪਾਂ ਦਵਾਈ ਲੈਂਦੇ ਆਪਾਂ ਕਹਿੰਦੇ ਬੰਦੇ ਦੇ ਅੰਦਰ ਗਰਮੈਸ਼ ਪੈ ਗਈ, ਇੱਦਾਂ ਹੀ ਪਸ਼ੂ ਦਾ ਕੰਮ ਹੁੰਦਾ, ਪਸ਼ੂ ਦੇ ਵੀ ਅੰਦਰ ਗਰਮੈਸ਼ ਜਿਹੜੀ ਪੈਂਦੀ ਹੈ, ਜਦੋਂ ਉਹਦੇ ਅੰਦਰ ਗਰਮੈਸ਼ ਪੈਂਦੀ ਹੈ, ਹੁਣ ਉਹਨੇ ਬੋਲ ਕੇ ਤਾਂ ਤੁਹਾਨੂੰ ਦੱਸਣਾ ਨਹੀਂ ਵਿਚਾਰੇ ਨੇ ਵੀ ਭਾਈ ਜੀ ਮੈਨੂੰ ਪ੍ਰੋਬਲਮ ਹੈ। ਇੱਕ ਫੁਵਾਰੇ ਲਾਉਣ ਨਾਲ ਹੋਰ ਥੋੜ੍ਹੀ ਦਿੱਕਤ ਦੇਖਦੇ ਆ ਜੀ, ਉੱਥੇ ਨਮੀ ਜ਼ਿਆਦਾ ਹੋ ਗਈ, ਨਮੀ ਜ਼ਿਆਦਾ ਹੋ ਗਈ ਥੱਲੇ, ਅਤੇ ਪਸ਼ੂ ਦੇ ਮੈਸਟਾਈਟਿਸ ਦੀ ਦਿੱਕਤ ਸਭ ਤੋਂ ਜ਼ਿਆਦਾ ਆਉਂਦੀ ਹੈ ਬਈ। ਕਾਫੀ ਜਗ੍ਹਾ 'ਤੇ ਫੁਵਾਰੇ ਕਾਮਯਾਬ ਵੀ ਹੁੰਦੇ ਨੇ, ਮਗਰ ਨਾਲੇ ਨਾਲ ਥੋੜ੍ਹੀ ਜਿਹੀ ਦਿੱਕਤਾਂ ਵੱਧ ਜਾਂਦੀਆਂ ਨੇ ਮਗਰ। ਹਾਂਜੀ, ਇੱਕ ਤਾਂ ਆਪਾਂ ਦੇਸੀ ਸਿਸਟਮ ਆਪਣਾ ਇਹ ਤਿਆਰ ਕਰਨ ਲੱਗ ਰਹੇ ਹਾਂ ਬਈ, ਇਹ ਪਸ਼ੂ ਨੂੰ ਆਪਣੇ ਅੰਦਰੋਂ ਵਧੀਆ ਰੱਖੂਗੀ, ਜਿਹੜੀ ਆਪਾਂ ਇਹ ਫਾਰਮੂਲਾ ਬਣਾਇਆ, ਸਟਰੈਸ ਜ਼ੀਰੋ ਪਾ ਕੇ, ਗੁੜ ਪਾ ਤਾ, ਨੂਣ ਪਾ ਤਾ, ਸਟਰੈਸ ਜ਼ੀਰੋ ਪਾ ਤੀ, ਨਾਲੇ ਪਾਣੀ ਪਾ ਤਾ। ਇਹ ਆਪਣਾ ਜਿਹੜਾ ਪਹਿਲੇ ਬਜ਼ੁਰਗ ਬੰਦੇ ਸੀ, ਜਦੋਂ ਆਪਣੇ ਖੇਤਾਂ 'ਚ ਪਸ਼ੂ ਲਿਆਇਆ ਕਰਦੇ ਜਾਂ ਆਪਣੇ ਪਸ਼ੂ ਬਾਹਰ ਜਿਹੜਾ ਪਸ਼ੂ ਜ਼ਿਆਦਾ ਹੁੱਕਣ ਲੱਗ ਜਾਇਆ ਕਰਦਾ, ਇਹ ਸਾਰੀ ਚੀਜ਼ਾਂ ਉਹ ਦਿਆ ਕਰਦੇ ਚਲ ਹੁਣ ਦੇਸੀ ਜਿਹੜੀਆਂ ਬੂਟੀਆਂ ਹੈ ਨਹੀਂ ਉਹਦੀ ਥਾਂ 'ਤੇ ਦਵਾਈਆਂ ਪਾ ਦਿੰਦੇ ਆਪਾਂ ਵਿੱਚ। ਹਾਂਜੀ ਹਾਂਜੀ, ਇਹ ਹੁਣ ਜਿਹੜੀ ਸਟਰੈਸ ਜ਼ੀਰੋ ਹੈ, ਜੇ ਥੋੜ੍ਹੀ ਜਿਹੀ ਤੁਸੀਂ ਗੌਰ ਕਰੋਗੇ, ਦਹੀਂ ਭਾਈ ਸ਼ੇਵਰ, ਇਹ ਹੁਣ ਤੁਸੀਂ ਥੋੜ੍ਹਾ ਜਿਹਾ ਗੌਰ ਕਰੋਗੇ ਇਹਦੇ ਅੰਦਰ ਕੀ ਚੀਜ਼ ਪਾਈ ਹੋਈ ਹੈ, ਸਾਰੀ ਦੇਸੀ ਚੀਜ਼ ਪਾਈ ਹੋਈ ਨੇ ਜਿਹੜੇ ਪਸ਼ੂ ਨੂੰ ਗਰਮੀ ਤੋਂ ਆਰਾਮ ਕਰਦੀ ਹੈ। ਬਾਕੀ ਪਿੰਦੀ ਨੇ ਪਹਿਲੇ ਪਿਆਈ ਹੋਈ ਹੈ, ਇਹ ਤੁਹਾਨੂੰ ਰਿਜ਼ਲਟ ਦੱਸਤਾ ਇਹਨੇ, ਤੁਸੀਂ ਆਪਣੇ ਘਰ ਬਣਾ ਕੇ ਇੱਕ ਵਾਰ ਚਾਹੇ 5 ਲੀਟਰ ਵਾਲਾ ਫਾਰਮੂਲਾ ਹੀ ਪਸ਼ੂ ਨੂੰ ਪਿਆ ਕੇ ਦੇਖੋ, ਤੁਹਾਨੂੰ ਹਰ ਚੀਜ਼ 'ਤੇ ਪਸ਼ੂ ਆਰਾਮ ਮਿਲੇਗਾ। ਦੇਖੋ ਜੀ ਕਰਦਾ ਆਪਾਂ ਉਹਦੀ ਚੂਲੀ ਭਰ ਕੇ ਆਪ ਪੀ ਕੇ ਦੇਖੀ, ਸਹਿਦ ਵਰਗਾ ਮਖਿਆਲ ਵਰਗਾ ਬਣ ਗਿਆ ਬਈਆ, ਦੇਖ ਜੀ ਕਰਦਾ ਵੀ ਚੂਲੀ ਭਰ ਕੇ ਆਪ ਹੀ ਪੀ ਲਈਏ। ਹੁਣ ਇਹਨੂੰ ਅਸੀਂ ਰੱਖ ਲੈਣਾ ਮਿੱਤਰੋ, ਇਹਨੂੰ ਢੱਕ ਕੇ ਚੱਪਣ ਦੇ ਕੇ ਉੱਪਰ ਰੱਖ ਦੇਣਾ, ਇਹਨੂੰ ਅੱਜ ਨਹੀਂ ਅਸੀਂ ਛੇੜਦੇ, ਕੱਲ੍ਹ ਨੂੰ ਸੁਬਾਹ, ਠੀਕ ਹੈ। ਜਿਹੜੀਆਂ ਗਾਵਾਂ ਜਿਹੜੀਆਂ ਮੱਝਾਂ ਜਿਵੇਂ ਨਾਗਣੀ ਮੱਝਾਂ, ਤੁਹਾਨੂੰ ਪਤਾ ਹਰ ਵਾਰੀ ਮਾੜੀ ਮੋਟੀ ਹੌਂਕਦੇ ਰਹਿੰਦੇ ਜਾਂਦੇ, ਜਿਹੜਾ ਪਸ਼ੂ ਜ਼ਿਆਦਾ ਦੁੱਧ ਵਾਲਾ ਹੋਊਗਾ ਨਾ ਉਹ ਜ਼ਿਆਦਾ ਹੋਕੂਗਾ, ਹਾਂ, ਚਾਹੇ ਉਹ ਅਮਰੀਕਨ ਗਾਂ ਹੋਵੇ ਚਾਹੇ ਆਪਣੀ ਮੱਝ ਹੋਵੇ, ਆਪਾਂ ਉਹਨੂੰ ਇਹ ਫਾਰਮੂਲਾ ਕਰਕੇ ਫਾਰਮੂਲਾ ਬਣਾ ਕੇ ਕਿਉਂ ਦਿਖਾਇਆ, ਬਣਾਉਣਾ ਤਾਂ ਹੁਣ ਮਤਲਬ ਜ਼ਿਆਦਾ ਵਾਲਾ ਸੀ, ਅਸੀਂ 10 ਲੀਟਰ ਦਵਾਈ ਪਾ ਕੇ ਬਣਾਉਣਾ ਸੀ ਢੋਲ ਦੇ ਵਿੱਚ, ਉਹਦੇ ਉੱਤੇ ਥੋੜ੍ਹਾ ਸਮਾਂ ਲੱਗਦਾ, ਜਿਵੇਂ ਹੁਣ ਮੰਨ ਲਓ ਵੀਡੀਓ ਦੇ ਵਿੱਚ ਇੰਨਾ ਸਮਾਂ ਨਹੀਂ ਹੁੰਦਾ, ਹੁਣ ਵੀਡੀਓ ਦੇ ਵਿੱਚ ਅਸੀਂ 1 ਲੀਟਰ ਇਸੇ ਕਰਕੇ ਅੱਟ ਖੋਲਿਆ ਵੀ ਨਾ ਯਾਰ ਜਦੋਂ ਉਹਦੇ ਵਿੱਚ ਮੱਥਾ ਮਾਰਾਂਗੇ ਵੀ ਇੰਨਾ ਗੁੜ ਪਾਓ ਇੰਨਾ ਗੁੜ ਪਾਓ, ਜਿਹੜੇ ਭਰਾ ਥੋੜ੍ਹੇ ਪਸ਼ੂ ਵਾਲੇ 2-4 ਪਸ਼ੂ ਰੱਖਦੇ ਆ ਘਰੇ, ਠੀਕ ਹੈ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਫਾਰਮ ਵਾਲੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ, ਫਾਰਮ ਵਾਲੇ ਨੂੰ ਤਾਂ ਸਮਝ ਆਈ ਜਾਂਦੀ ਹੈ, ਪਰ ਜ਼ਿਆਦਾ ਆਪਣੇ ਜਿਹੜੇ ਘਰਾਂ ਦੇ ਵਿੱਚ ਨਵੇਂ ਮੁੰਡੇ ਆ, ਨਵੇਂ ਫਾਰਮ ਸ਼ੁਰੂ ਕੀਤੇ ਆ 2-4 ਪਸ਼ੂਆਂ ਤੋਂ, 5 ਪਸ਼ੂਆਂ 10 ਪਸ਼ੂਆਂ ਤੋਂ, ਉਹਨਾਂ ਵਾਸਤੇ ਵੀ ਇਹ 1 ਲੀਟਰ ਦਾ ਬਣਾ ਕੇ ਦਿਖਾਇਆ ਵੀ ਬਾਈ ਜੀ 1 ਲੀਟਰ ਦਾ ਫਾਰਮੂਲਾ ਇੱਦਾਂ ਦਾ ਬਣ ਜਾਣਾ, ਤੁਸੀਂ ਦੇਖ ਸਕਦੇ ਆ, ਤਾਂ ਜੀ ਕਰਦਾ ਆ ਪੀ ਲਓ, ਅਤੇ ਪਸ਼ੂ ਨੂੰ ਪਾ ਕੇ ਦੇਖਿਓ, ਪਸ਼ੂ ਤੁਹਾਡਾ ਸੜਦਾ ਨਹੀਂ, ਪਸ਼ੂ ਨੂੰ ਤੁਸੀਂ ਕੋਈ ਤੁਹਾਨੂੰ ਉਹ ਨਹੀਂ ਕਰਨਾ ਪੈਂਦਾ, ਨਾਲ ਨਹੀਂ ਦੇਣਾ ਪੈਂਦਾ, ਕਿਉਂਕਿ ਮੈਂ ਤਾਂ ਵਰਤਦਾ ਰਹਿੰਦਾ ਪਸ਼ੂਆਂ, ਇਵੇਂ ਜਾ ਕੇ ਗੱਲ ਕਰੇ ਪਾਉਣੀ ਕੱਲ੍ਹ ਨੂੰ ਤੁਹਾਨੂੰ ਮੈਂ ਦਿਖਾਊਂਗਾ, ਅਤੇ ਜਾ ਕੇ ਜਦੋਂ ਆਪਾਂ ਉਹ ਕਰਾਂਗੇ ਪਾਵਾਂਗੇ ਤਾਂ ਇੱਕੇਦਮ ਹੀ ਜਾ ਕੇ ਉਹਨੇ ਪੀ ਜਾਣਾ। ਇਹਦੀ ਸਭ ਤੋਂ ਵੱਡੀ ਖਾਸੀਅਤ ਇਹੀ ਹੈ ਜੀ, ਨਾਲ ਨਹੀਂ ਦੇਣੀ, ਕੁਛ ਨਹੀਂ ਦੇਣਾ, ਪਾਣੀ ਦੇ ਅੰਦਰ ਮਿਲਾ ਕੇ ਦੇ ਸਕਦੇ ਹੋ, ਨਹੀਂ ਥੋੜ੍ਹੀ ਬਹੁਤੀ ਆਪਣੀ ਚਾਟ ਦੇ ਅੰਦਰ ਮਿਕਸ ਕਰਕੇ ਦੇ ਸਕਦੇ ਹੋ ਇਹਨੂੰ, ਮਿੱਠਾ ਮਿੱਠਾ ਹੁੰਦਾ ਨਾ ਉਹਦੀ, ਬਿਲਕੁਲ ਜੀ ਬਿਲਕੁਲ ਮਿੱਠਾ ਟੇਸਟ ਬਣ ਜਾਂਦਾ ਇਹਦਾ, ਤਾਂ ਕਿ ਪਸ਼ੂ ਆਰਾਮ ਨਾਲ ਲੈ ਲਏ। ਇਹ ਜਿਹੜੀ ਕੁਆਲਿਟੀ ਜੀਤੀ ਚੀਜ਼ ਆਪਾਂ ਤਿਆਰ ਕਰਤੀ, ਇੱਕ ਵਾਰ ਤੁਸੀਂ ਯੂਜ਼ ਕਰਕੇ ਦੇਖੋ, ਜਿਵੇਂ ਤੁਸੀਂ ਵੱਡਾ ਕਾਫ ਪ੍ਰੋਡਕਟ 'ਤੇ ਯੂਜ਼ ਕਰਿਆ, ਆਪਣਾ ਵਿਸ਼ਵਾਸ ਬਣਾਇਆ ਹੈਗਾ, ਇਹ ਪ੍ਰੋਡਕਟ ਵੀ ਐਂ ਸੋਹਣਾ ਤਿਆਰ ਹੋਊਗਾ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ।